ਪਰ ਮਿਦ ਰਾਰਾ ਮੂਸਲਾਧਾਰ ਬਾਰਿਸ਼, ਦੇਖੋ ਮੂਸਲਾਧਾਰ ਬਾਰਿਸ਼ ਦੇਗਾ ਤੁਹਾਨੂੰ ਰਿਸਕ ਦੇਗਾ, ਬਾਗਾਤ ਤੁਹਾਨੂੰ ਅਤਾ ਕਰੇਗਾ, ਬਾਰਿਸ਼ਾਂ ਦੇ ਨਾਲ ਪੈਦਾਵਾਰ ਹੋਏਗੀ, ਨਹਿਰਾਂ ਚਸ਼ਮੇ ਚੱਲਣਗੀਆਂ, ਉਹ ਤੁਹਾਨੂੰ ਤੁਹਾਨੂੰ ਬੜੀ ਨਿਮਤੇ ਅਤਾ ਕਰੇਗਾ, ਤੁਸੀਂ ਉਸਕਾ ਇਸਤਿਗਫਾਰ ਕਰੋ, ਉਸੇ ਮਾਫ਼ੀ ਮੰਗੋ ਉਸੇ। ਬਾ ਔਰ ਯੁਮ ਦਿਦ ਮੀਮ ਦਾਲ ਦਾਲ, ਉਹ ਮਦਦ ਕਰੇਗਾ ਤੁਮਾਰੀ ਬਿਮਾਰ ਹੈ, ਉਹ ਤੁਮੇ ਮਾਲ ਦੇਗਾ, ਮਾਲ ਦੇਗਾ, ਮਵੇਸ਼ੀ ਦੇਗਾ, ਜੋ ਵੀ ਹੈ ਵਾ ਬਨੀਨ ਔਰ ਬੇਟੇ ਅਤਾ ਕਰੇਗਾ, ਮਾਲ ਔਰ ਔਲਾਦ ਦੇਗਾ ਤੁਮੇ। ਬਯਜ ਅਲ ਔਰ ਉਹ ਬਣਾਏਗਾ ਜਾਂ ਦੇਗਾ, ਲਕੁਮ ਤੁਮੇ ਜੰਨਾਤ ਬਾਗਾਤ, ਦੇਖੋ ਬਾਰਿਸ਼ਾਂ ਹੋਣਗੀਆਂ, ਬਾਗਾਤ ਪੌਦੇ ਫੂਲ ਫਲ ਫੂਲ ਹੋਣਗੇ। ਬਯਜ ਅਲ ਔਰ ਉਹ ਬਣਾਏਗਾ ਲਕੁਮ ਤੁਮਾਰੇ ਲਈ ਅਨਹਾਰਾ, ਨਹਿਰੇ ਔਰ ਚਸ਼ਮੇ ਰਵਾਂ ਕਰੇਗਾ। ਮਗਰ ਕਿਹਾ ਜਾ ਰਿਹਾ ਮਾ ਲਾਕੁਮ, ਮਾ ਕਿਆ ਲਾਕੁਮ ਤੁਮੀ, ਤੁਮੀ ਕਿਆ ਹੋ ਗਿਆ ਹੈ, ਲਾ ਨਹੀਂ ਤਰਜੂ ਨਾ, ਤਰਜੂ ਰੇ ਜੀਨ ਵਾਓ ਰਜਾ ਯਾਜੂ, ਤੂੰ ਉਮੀਦ ਨਹੀਂ ਰੱਖਤੇ, ਤਵੱਕੋ ਨਹੀਂ ਰੱਖਤੇ, ਇਤਕਾਦ ਨਹੀਂ ਰੱਖਤੇ, ਲਿਲਾ ਹੈ ਅੱਲਾ ਕੇ ਲੀਏ ਵਕਾਰ ਆ, ਕਿਹਾ ਜਾਵੇ ਤੁਮ ਅੱਲਾ ਕੇ ਵਕਾਰ ਕਾ ਕੋਈ ਖਿਆਲ ਨਹੀਂ ਰੱਖਦੇ, ਅੱਲਾ ਦੀ ਇੱਜ਼ਤ ਦਾ ਤੋਕੀਰ ਦਾ। ਦੇਖੋ ਛੋਟੇ ਛੋਟੇ ਵਜ਼ੀਰਾਂ ਮਸ਼ੀਰਾਂ ਦੇ ਅੱਗੇ ਤੁਸੀਂ ਚੁੱਕਦੇ ਫਿਰਦੇ ਹੋ, ਉਹਨਾਂ ਦਾ ਖਿਆਲ ਕਰਦੇ ਹੋ ਕਿ ਉਹ ਨਾਰਾਜ਼ ਨਾ ਹੋ ਜਾਣ, ਮਗਰ ਤੁਹਾਨੂੰ ਅੱਲਾ ਦੀ ਅਜ਼ਮਤ ਦਾ, ਅੱਲਾ ਦੇ ਵਕਾਰ ਦਾ, ਅੱਲਾ ਦੀ ਤੋਕੀਰ ਦਾ, ਅੱਲਾ ਦੀ ਇੱਜ਼ਤ ਦਾ ਕੋਈ ਖਿਆਲ ਨਹੀਂ। ਤੇ ਮਤਲਬ ਇਹ ਕਿ ਉਹਦੀ ਤੁਸੀਂ ਮੁਹਾਲਫਤ ਕਰਦੇ ਫਿਰਦੇ ਹੋ, ਮੁਖਤਲਿਫ ਗੱਲਾਂ ਕਰਦੇ ਫਿਰਦੇ ਹੋ। ਇੰਨਾ ਬਖਸ਼ ਰੱਬੇ ਕਾ ਸ਼ਦੀਦ, ਤੇਰੇ ਰੱਬ ਦੀ ਪਕੜ ਸਭ ਤੋਂ ਬੜੀ ਹੈ, ਉਹਦੇ ਪੜ੍ਹੇ ਨਹੀਂ ਸੀ ਸੂਰਾ ਫਜ਼ਰ ਇਹ ਸੀ ਫਿਰ ਉਸ ਜੈਸਾ ਪਕੜਨਾ ਕੋਈ ਨਾ ਪਕੜੇਗਾ, ਉਸ ਜੈਸਾ ਅਜ਼ਾਬ ਦੇਣਾ ਕੋਈ ਨਾ ਦੇਗਾ। ਵਾਹ ਵਾਲੀ ਹੈ ਹਾਲਾਂਕਿ ਬਿਲਾ ਸ਼ੁਬਾ, ਹਾਲਾਂਕਿ ਉਸਨੇ ਪੈਦਾ ਕੀਆ, ਕੌਣ ਤੁਮੇ ਅਤਵਾਰ ਆ, ਅਤਵਾਰ ਹੈ ਤੌਰ ਦੀ ਜਮਾ, ਮਤਲਬ ਮੁਖਤਲਿਫ ਤਰੀਕੋ ਸੇ, ਹਾਲਤੋਂ ਸੇ, ਮਰਾਹਲ ਸੇ, ਦੇਖੋ ਨੁਤਫਾ, ਨੁਤਫਾ ਸੇ ਅਲਾਕਾ, ਅਲਾਕਾ ਸੇ ਮੁਜ਼ਗਾ, ਮੁਜ਼ਗਾ ਸੇ ਇਲਾਮਾ, ਇਲਾਮਾ ਸੇ ਲਾਹਮ, ਫਿਰ ਜਾ ਕੇ ਅੱਲਾਹ ਤਾਲਾ ਨੇ ਇਨਸਾਨ ਨੂੰ ਬਣਾਇਆ। ਤੇ ਉਹਨੇ ਕਿਹਾ ਤੁਹਾਨੂੰ ਇਸ ਚੀਜ਼ ਦਾ ਕੋਈ ਖਿਆਲ, ਤੁਸੀਂ ਇਹ ਛੋਟੇ ਮੋਟਿਆਂ ਦੇ ਅੱਗੇ ਉਹਨਾਂ ਦੀ ਖਿਆਲ ਕਰਦੇ ਹੋ, ਮਗਰ ਅੱਲਾਹ ਦਾ ਵਕਾਰ ਦਾ ਤੁਹਾਨੂੰ ਕੋਈ ਖਿਆਲ। ਅਲਮ ਕਿਆ ਨਹੀਂ ਤਾਰਾਓ, ਤਰਾਓ ਰੇਲ ਯਾ ਦੇਖਣਾ, ਕਿਆ ਤੁਮ ਨਹੀਂ, ਤੁਮਨੇ ਨਹੀਂ ਦੇਖਾ, ਕੈਫਾ ਕੈਸੇ, ਖਾਲਾ ਕਾ ਪੈਦਾ ਕੀਆ, ਅੱਲਾ ਨੇ ਸਭ ਆਸਾਤ, ਸਮਾਵਾਤ ਆਸਮਾਨ, ਤੇ ਬਾ ਕਾ ਤਬਤ ਦਰ ਸਬਤ, ਤੈ ਬਰ ਦਰ ਤੈ, ਤੌ ਦਰ ਪਤੇ ਵੀ ਕਹਿ ਲੋ ਦਰਜਾ ਬ ਦਰਜਾ, ਅੱਲਾ ਨੇ ਸੱਤ ਆਸਮਾਨ ਬਣਾਏ। ਵਾਹ ਔਰ ਜਾਲ ਕਮਰਾ, ਉਸਨੇ ਬਣਾਇਆ ਚਾਂਦ ਕੋ, ਫੀ ਹਿੰਨਾ ਔਰ ਅਸਮਾਨੋ ਮੇ, ਨੂਰਾ ਰੋਸ਼ਨੀ, ਵਜਾਲ ਸ਼ਮਸਾ ਔਰ ਸੂਰਜ ਕੋ ਬਣਾਇਆ, ਸਿਰਾਜ ਆ ਚਿਰਾਗ, ਮੁੰਬਈ ਰੋਸ਼ਨੀ ਬਣਾਇਆ। ਦੇਖੋ ਅੱਲਾ ਦੀਆਂ ਕੁਦਰਤਾਂ ਦੇਖੋ, ਅੱਲਾ ਅਸਮਾਨ ਦੀਆਂ ਤੁਹਾਨੂੰ ਨਿਸ਼ਾਨੀਆਂ ਵੀ ਦਿਖਾ ਰਿਹਾ, ਔਰ ਉਹਦੇ ਬਾਅਦ ਦੇਖੋ ਅੱਲਾ ਫਿਰ ਜ਼ਮੀਨ ਦਾ ਵੀ ਜ਼ਿਕਰ ਕਰ ਰਿਹਾ, ਬੱਲਾ ਔਰ ਅੱਲਾ ਨੇ ਅੰਬਾਤਾ ਕੋ, ਅੰਬਾਤਾ ਹੈ ਨੂਨ ਬੇਤ, ਇਹ ਨਬਾਤਾਤ, ਅੱਲਾ ਨੇ ਤੁਮੇ ਉਗਾਇਆ, ਬਿਨਾ ਲੜ ਜ਼ਮੀਨ ਸੇ ਨਬਾਤ ਆ ਉਗਾਣਾ, ਇਹਦਾ ਫਿਰ ਮਾਇਕਾਨ ਇਹ ਰਿਹਾ ਅੱਲਾ ਨੇ ਜਿਸ ਤਰ੍ਹਾਂ ਸਬਜ਼ਾ ਉਗਾਇਆ, ਉਸ ਤਰ੍ਹਾਂ ਤੁਹਾਨੂੰ ਦੇਖੋ ਆਦਮ ਅਲੈਹਿਸ ਸਲਾਮ ਨੂੰ ਮੱਟੀ ਤੋਂ ਬਣਾਇਆ, ਉਹਦੇ ਬਾਅਦ ਨਸਲ ਇਨਸਾਨੀ ਨੁਤਫਾ ਤੋਂ ਚਲਾਈਏ, ਤੇ ਉਹ ਫਿਰ ਨੁਤਫਾ ਦੇ ਜਿਹੜੇ ਇਨਗਰੀਡੀਐਂਟਸ ਨੇ ਉਹਦੇ, ਉਹ ਸਾਰੇ ਜ਼ਮੀਨੀ ਖੁਰਾਕ ਤੋਂ ਨੁਤਫਾ ਬਣਦਾ ਹੈ। ਤੇ ਇਹ ਕਿਹਾ ਜਾ ਰਿਹਾ ਕਿ ਜ਼ਮੀਨ ਸੇ ਉਗਾਇਆ। ਸੁਮਾ ਫਿਰ ਯੋਈਦ ਹੁਕਮ, ਯੋਈਦ ਹੋਏ ਬੈਨ ਬਹੁ ਦਾਲ, ਇਆਦਾ ਕਰਨਾ, ਇੱਕ ਹੁੰਦਾ ਇਆਦਾ ਕਰਨਾ, ਯਾਦਾ ਕਰਨਾ ਇੱਕ ਤੇ ਹੁੰਦਾ ਨਾ, ਦੂਸਰਾ ਇਹ ਯਾਦਾ ਕਰਨਾ ਹੁੰਦਾ ਲੌਟ ਲੌਟ ਕਰ, ਬੰਦਾ ਕਹਿੰਦੇ ਯਾਰ ਘੜੀ ਘੜੀ ਕੀ ਗੱਲ ਕਰ ਰਹੇ, ਲੌਟ ਲੌਟ ਕਰ ਯਾਦਾ ਕਰ ਰਹੇ, ਤੋ ਸੁਮਾ ਫਿਰ
युईदुकुम वो लुटाएगा या लुटाता है तुम्हें उसी जमीन में फीहा उसी जमीन में वहां और युखरिजु अखरजा युखरिजु निकालना वो फिर तुम्हें निकालेगा क़यामत के रोज कौन तुमको इखराज आखिर जैसे निकाला जाता है वो इसी जमीन से फिर तुम्हें निकालेगा वल्लाह और अल्लाह ने जाला बनाया है लाकुम तुम्हारे लिए लाकुम अर्जा जमीन को बिसाता बिसात है बेसीन तो बसाता यब सुतु फैलना तो मतलब अल्लाह ने फैलने तुम रात कह लो हर फैलने वाली चीज इसमें बिछौना बनाया है जमीन को फर्श बनाया है ले ताकि तसलुकु सीन लाम का सला का सलूक मसलक पेशवा लफ़्ज़ दे तू ताकि तुम चलो देखो अगर वह पहाड़ा के जो अबटमेंट्स ने साइडा ने इनिया उचिया कर दिता तो तुम फिर वह पहाड़ों को क्रॉस करके दूजे पास आ ही ना सके उसने दरे बनाए रास्ते बनाए ताकि तुम एक जगह तो दूसरी जगह एक शहर तो दूसरी जगह जाने वास्ते अल्लाह तला अपनी कुदरत बयान कर रहा कि ये सारे काम मैं कर रहा लितसलुकु ताकि तुम चलो मिन हा इस जमीन पर सोगोला सबील की जमा रास्ते फिजाजा फजुन की जमा कुशादा ताकि तुम उसके कुशादा और वसी रास्तों पर चलो काला नूह लू ने कहा रब्बी ऐ मेरे रब इन्ना हम बेशक हम इन्होंने असौ असा इसियान नाफरमानी करना आसी इसियान इन्होंने नाफरमानी की नी मेरी कह जी इन्होंने मेरी कोई गल नहीं मानी मत तबाऊ और उन्होंने इतबा किया पैरवी की उनके पीछे चले मन जो लम नहीं यजिद ज्यादा यजीद फिर आ गया ज्यादा किया हु उसको माल हु उसके माल ने बा और बलद हु उसकी औलाद ने इल्ला खसारा क्या जा रहा है कि देखो उन्हां सरदारां दे पिछे मेरी गल इन्हां नहीं मन्नी ए अपने उन्हां सरदारां दे पिछे चले जेडे मालदार भी सन ते औलाद आले भी सन ए उन्हां दे पिछे चले जिन्हां दे माल ते औलाद ने उन्हां नूं खसारे दे सिवा कुछ नहीं दिता देखो खसारा देखो माल और औलाद दे जरिए अल्लाह दे हुक्मां ते बंदा चले ते उहदे च ਜਾਇਜ ਹੈ ਫਾਇਦਾ ਹੈ ਨੇਕ ਅਮਲ ਹੈ ਤੇ ਜੇ ਤੁਸੀਂ ਜਿਸਾ ਕਿ ਉਲਮਾ ਇਕਰਾਮ ਨੇ ਲਿਖਿਆ ਕਿ ਇਹ ਮਾਲ ਤੇ ਔਲਾਦ ਦੀ ਵਜ੍ਹਾ ਵਾਸਤੇ ਮਗਰੂਰ ਹੋ ਗਏ ਇਹਨੇ ਇਹਨਾਂ ਨੇ ਖੁਦ ਵੀ ਮਾਲ ਨਹੀਂ ਲਿਆਂਦਾ ਔਰ ਲੋਕਾਂ ਨੂੰ ਵੀ ਮਾਲ ਨਹੀਂ ਲਿਆਉਣ ਦਿੱਤਾ ਔਰ ਇਹ ਮਾਲ ਨੂੰ ਨਾ ਇਸਤੇਮਾਲ ਕੀਤਾ ਜਿਸ ਤਰ੍ਹਾਂ ਸਰਦਾਰਾਂ ਨੇ ਮੱਗਾ ਕਰਦੇ ਸਨ ਤੇ ਉਹ ਦੇਖੋ ਅਸੀਂ ਪੜ੍ਹ ਕੇ ਆਏ ਹਾਂ ਕਿਆਮਤ ਵਾਲੇ ਦਿਨ ਉਹ ਲੋਕ ਕਹਿੰਦੇ ਜੀ ਇਹ ਸਰਦਾਰ ਸਾਡੇ ਜ਼ਿੰਮੇਦਾਰ ਸਨ صدق الله العظيم.